ਬੜੇ ਪ੍ਰਚਾਰਕ ਇਸ ਗੱਲ ਦਾ ਪ੍ਰਚਾਰ ਵੀ ਕਰਦੇ ਨੇ ਕਿ ਭਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ, ਦਰਸ਼ਨ ਕਰੋ, ਦਰਸ਼ਨ ਕਰੋ, ਜ਼ਿੰਦਗੀ ਸੁਧਰਦੀ ਹੈ। ਕੋਈ ਦੁਹਰਾਵਾ ਨਹੀਂ, ਦਰਸ਼ਨ ਕਰਨ ਨਾਲ ਜ਼ਿੰਦਗੀ ਸੁਧਰਦੀ ਹੈ। ਪਰ ਦਰਸ਼ਨ ਕਰਨ ਦਾ ਸਾਨੂੰ ਪਤਾ ਵੀ ਹੋਣਾ ਚਾਹੀਦਾ ਵੀ ਕਿਵੇਂ ਦਰਸ਼ਨ ਕਰਨੇ ਨੇ। ਅੱਛਾ, ਮੈਨੂੰ ਜਵਾਬ ਦਿਓ ਵੀ ਆਹ ਸਾਡੀਆਂ ਅੱਖਾਂ, ਮੇਰੀਆਂ ਵੀ ਅੱਖਾਂ, ਤੁਹਾਡੀਆਂ ਸਭ ਦੀਆਂ ਅੱਖਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਨੇ ਸਭ ਨੂੰ? ਕਿਉਂ ਵੀਰੋ, ਗੁਰੂ ਜੀ ਦੇ ਦਰਸ਼ਨ ਹੋ ਰਹੇ ਨੇ ਸਾਨੂੰ, ਭੈਣਾਂ ਨੂੰ ਦਰਸ਼ਨ ਹੋ ਰਹੇ ਨੇ, ਮੈਨੂੰ ਵੀ ਹੋ ਰਹੇ ਨੇ, ਸਭ ਨੂੰ ਹੋ ਰਹੇ ਨੇ। ਕੀ ਹੁਣ ਇਹ ਜਿਹੜੇ ਦਰਸ਼ਨ ਆਪਾਂ ਕਰ ਰਹੇ ਹਾਂ, ਕੀ ਇਹ ਦਰਸ਼ਨ ਕਰਨ ਨਾਲ ਸਾਡੀ ਜ਼ਿੰਦਗੀ ਸੁਧਰ ਜਾਣੀ ਹੈ? ਸਾਡੀ ਜ਼ਿੰਦਗੀ ਵਿੱਚ ਬਦਲਾਵ ਹੋ ਸਕਦਾ ਜਿਹੜੇ ਦਰਸ਼ਨ ਆਪਾਂ ਕਰ ਰਹੇ ਹਾਂ? ਜਵਾਬ ਦਿਓ। ਤੁਹਾਡੇ ਵਿੱਚੋਂ ਕੋਈ ਵੀਰ ਜਾਂ ਕੋਈ ਭੈਣ ਬਾਣੀ ਨੂੰ ਸਮਝਣ ਵਾਲੇ ਹੋਣਗੇ, ਗੁਰਬਾਣੀ ਦੇ ਗਿਆਤਾ ਹੋਣਗੇ, ਉਹਨਾਂ ਨੂੰ ਪਤਾ ਹੋਣਾ ਸਾਡੀਆਂ ਬਾਹਰਲੀਆਂ ਅੱਖਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ ਰਹਿਣ, ਦਰਸ਼ਨ ਕਰਦੀਆਂ ਰਹਿਣ, ਜ਼ਿੰਦਗੀ ਚੇਂਜ ਨਹੀਂ ਹੋ ਸਕਦੀ, ਜ਼ਿੰਦਗੀ ਵਿੱਚ ਬਦਲਾਵ ਨਹੀਂ ਆ ਸਕਦਾ। ਚੇਤਾ ਰੱਖਿਓ, ਸੱਜਣ ਠੱਗ ਦੀ, ਸੱਜਣ ਠੱਗ ਨੇ ਬਾਹਰਲੀਆਂ ਅੱਖਾਂ ਤੋਂ, ਜਿਹੜੀਆਂ ਆ ਬਾਹਰਲੀਆਂ ਦੋ ਅੱਖਾਂ ਨੇ, ਸੱਜਣ ਠੱਗ ਨੇ ਇਹਨਾਂ ਅੱਖਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਚਾਰ ਵਾਰ ਦਰਸ਼ਨ ਕੀਤੇ, ਚੇਂਜ ਨਹੀਂ ਹੋਇਆ। ਇਹਨਾਂ ਅੱਖਾਂ ਨਾਲ, ਬਾਹਰਲੀਆਂ ਅੱਖਾਂ ਨਾਲ ਸੱਜਣ ਨੇ ਚਾਰ ਵਾਰੀ ਦਰਸ਼ਨ ਕੀਤੇ, ਜ਼ਿੰਦਗੀ ਚੇਂਜ ਨਹੀਂ ਹੋਈ। ਇੱਕ ਵਾਰ ਅੰਦਰਲੀਆਂ ਅੱਖਾਂ ਨਾਲ ਦਰਸ਼ਨ ਕਰ ਲਏ, ਉੱਥੇ ਹੀ ਪਾਪ ਕਰਨੇ ਛੱਡ ਦਿੱਤੇ। ਅਤੇ ਨਾਲੇ ਪਿਆਰੇ ਗੁਰਮੁਖੋ, ਇਹ ਕਲੀਅਰ ਹੈ, ਬਾਹਰਲੀਆਂ ਅੱਖਾਂ ਦੇ ਨਾਲ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਹੁੰਦੀ। ਜੇ ਬਾਹਰਲੀਆਂ ਅੱਖਾਂ ਦੇ ਨਾਲ ਦਰਸ਼ਨ ਕਰਨ ਨਾਲ ਮੁਕਤੀ ਹੁੰਦੀ ਹੋਵੇ, ਸਮਾਜ ਵਿੱਚ ਬੜੇ ਐਸੇ ਲੋਕ ਨੇ ਜਿਨ੍ਹਾਂ ਦੇ ਜਨਮ ਤੋਂ ਅੱਖਾਂ ਵਿੱਚ ਜੋਤ ਨਹੀਂ ਹੁੰਦੀ, ਇਹ ਤਾਂ ਮਤਲਬ ਉਹ ਤਾਂ ਮੁਕਤ ਨਹੀਂ ਹੋ ਸਕਦੇ। ਫਿਰ ਸਵਾਲ ਖੜ੍ਹਾ ਹੁੰਦਾ ਨਾ, ਬੜੇ ਸਮਾਜ ਵਿੱਚ ਐਸੇ ਲੋਕ ਨੇ ਜਿਨ੍ਹਾਂ ਦੇ ਜਨਮ ਤੋਂ ਹੀ ਅੱਖਾਂ ਵਿੱਚ ਜੋਤ ਨਹੀਂ ਹੁੰਦੀ, ਇਹਦਾ ਮਤਲਬ ਫਿਰ ਉਹ ਮੁਕਤ ਨਹੀਂ ਹੋ ਸਕਦੇ। ਤੇ ਜਿਉਂਦੀ ਜਾਗਦੀ ਉਦਾਹਰਣ ਦੇਣ ਲੱਗਾ, ਦਰਬਾਰ ਸਾਹਿਬ ਦੇ ਅੰਦਰ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਸੂਰਮਾ ਸਿੰਘ ਹੈ, ਬਚਪਨ ਤੋਂ ਉਹਨਾਂ ਦੀਆਂ ਅੱਖਾਂ ਵਿੱਚ ਜੋਤ ਨਹੀਂ, ਪਰ ਕੀਰਤਨ ਵੇਖੋ ਕਿੰਨਾ ਸੋਹਣਾ ਕਰਦੇ ਨੇ। ਸੁਰਾਂ ਦਾ ਗਿਆਨ ਹੈ, ਅੱਖਾਂ ਵਿੱਚ ਜੋਤ ਨਹੀਂ, ਸੁਰਾਂ ਦਾ ਗਿਆਨ ਹੈ, ਅੱਖਾਂ ਵਿੱਚ ਜੋਤ ਨਹੀਂ, ਬੜੀ ਬਾਣੀ ਉਹਨਾਂ ਨੂੰ ਕੰਠ ਹੈ, ਇਹਦਾ ਮਤਲਬ ਕੋਈ ਹੋਰ ਅੱਖਾਂ ਨੇ ਜਿਹਦੇ ਨਾਲ ਅਸੀਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ। ਸਾਹਿਬ ਦਾ ਬਚਨ ਹੈ, ਛੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪੀਰੀ, ਕਿ ਭਾਈ ਉਹ ਅੱਖਾਂ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਅਸੀਂ ਆਪਣੇ ਮੁਰਸ਼ਦ ਦੇ ਦਰਸ਼ਨ ਕਰ ਸਕਦੇ ਹਾਂ।